ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਵਿੰਦਰ ਸਿੰਘ ਸਿਦੂ ਰਜਣਾ ਲੋਕ ਨਾਟਿਵੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰਾਂ ਵੱਡੀ ਖਬਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਕੋਟਕਪੂਰਾ ਗੋਲੀकांड ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਗ੍ਰਿਫਤਾਰੀ ਤੋਂ ਬਚਣ ਦੇ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਭੱਜੇ ਨੇ ਅਤੇ ਭੱਜੇ ਜਿਹੜੇ ਆ ਉਹ ਅਦਾਲਤ ਦੇ ਵੱਲ ਨੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਅੱਜ ਗ੍ਰਿਫਤਾਰੀ ਤੋਂ ਬਚਣ ਦੇ ਲਈ ਸੁਖਵੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਅਗਾਊ ਜਮਾਨਤ ਦੀ ਜਿਹੜੀ ਹੈ ਉਹ ਅਰਜੀ ਲਾਈ ਗਈ ਹੈ ਜਿਸ ਦੀ ਸੁਣਵਾਈ ਹੁਣ ਜਿਹੜੀ ਹੈ 14 ਮਾਰਚ ਨੂੰ ਹੋਵੇਗੀ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਣ ਦੇ ਲਈ ਪੰਜ ਵਾਰੀਆਂ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਆ ਸੁਖ ਮਾਫ ਕਰਨਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਨੇ ਜਿਹੜੀ ਅਦਾਲਤ ਦੇ ਵਿੱਚ ਫਰੀਦਕੋਟ ਦੀ ਅਦਾਲਤ ਦੇ ਵਿੱਚ ਜ਼ਮਾਨਤ ਅਰਜੀ ਰਗਾਈ ਹੈ ਅਗਾਊਂ ਜ਼ਮਾਨਤ ਅਰਜੀ ਲਗਾਈ ਹੈ ਤੇ ਉਸ ਦੇ ਉੱਪਰ ਹੁਣ 14 ਮਾਰਚ ਨੂੰ ਜਿਹੜੀ ਹੈ ਉਹ ਸੁਣਵਾਈ ਹੋਵੇਗੀ ਦੱਸ ਦਿੰਨੇ ਆ ਕਿ ਐਲ ਕੇ ਯਾਦਵ ਦੀ ਜਿਹੜੀ ਐਸ ਆਈ ਟੀ ਹੈ ਜਿਹੜੀ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਸੁਣਵਾਈ ਮਾਫ ਕਰਨਾ ਜਾਂਚ ਜਿਹੜੀ ਉਹ ਕਰ ਰਹੀ ਹੈ ਤਾਂ ਉਸ ਐਸ ਆਈ ਟੀ ਦੇ ਵੱਲੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੇ ਵਿੱਚ ਬਾਦਰਾ ਨੂੰ ਦੋਸ਼ੀ ਬਣਾਇਆ ਗਿਆ ਹੈ ਅਤੇ ਦੋਸ਼ੀ ਬਣਾਉਣ ਤੋਂ ਬਾਅਦ ਜਿਹੜੀ ਆ ਉਹ ਚਾਰਜ ਸ਼ੀਟ ਕੋਰਟ ਦੇ ਵਿੱਚ ਉਹ ਦਾਖਲ ਕਰ ਦਿੱਤੀ ਗਈ ਹੈ ਅਤੇ ਬਾਦਲਾਂ ਦੇ ਨਾਲ ਇਹਦੇ ਵਿੱਚ ਸੁਮੇਤ ਸਿੰਘ ਸੈਣੀ ਦੇ ਸਮੇਤ ਕੁਝ ਵੱਡੇ ਅਫਸਰ ਵੀ ਜਿਹੜੇ ਆ ਉਹ ਦੋਸ਼ੀ ਬਣਾਏ ਗਏ ਨੇ ਇਹ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਤਾਂ ਉਸ ਚਾਰਜ ਸ਼ੀਟ ਦੇ ਵਿੱਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਫਰੀਦਕੋਟ ਦੀ ਜਿਹੜੀ ਹੈ ਅਦਾਲਤ ਦੇ ਵਿੱਚ ਉਹਨਾਂ ਨੇ ਅਗਾਊਂ ਜ਼ਮਾਨਤ ਲਗਾਈ ਹੈ ਅਤੇ ਅਗਾਊਂ ਜ਼ਮਾਨਤ ਦੇ ਦੀ ਸੁਣਵਾਈ ਜਿਹੜੀ ਹੈ ਉਹ ਹੁਣ 14 ਮਾਰਚ ਨੂੰ ਹੋਵੇਗੀ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਕੁਝ ਦਿਨ ਪਹਿਲਾਂ ਜਿਹੜੀ ਉਹ ਚਾਰਜ ਸ਼ੀਟ ਦਾਖਲ ਹੁੰਦੀ ਹੈ ਐਲਕੇ ਯਾਦਵ ਦੀ ਐਸਆਈਟੀ ਦੇ ਵੱਲੋਂ ਕੋਰਟ ਦੇ ਵਿੱਚ ਜਿਹਦੇ ਵਿੱਚ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸਮੇਤ ਕੁਝ ਵੱਡੇ ਅਫਸਰ ਜਿਹੜੇ ਆ ਉਹ ਨਾਮਿਨੇਟ ਕੀਤੇ ਜਾਂਦੇ ਆ ਉਹਦੇ ਵਿੱਚ ਨਾਮ ਅਦ ਕੀਤੇ ਜਾਂਦੇ ਆ ਤਾਂ ਉਸ ਐਸ ਆਈ ਟੀ ਦੇ ਵੱਲੋਂ ਇਹਨਾਂ ਸਾਰਿਆਂ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਅਤੇ ਚਾਰਜ ਸ਼ੀਟ ਜਿਹੜੀ ਹੈ ਉਹ ਕੋਰਟ ਦੇ ਵਿੱਚ ਦਾਖਲ ਕੀਤੇ ਜਾਣ ਤੋਂ ਬਾਅਦ ਤਾਂ ਕੋਰਟ ਦੇ ਵੱਲੋਂ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਨੂੰ ਜਿਹੜਿਆ ਉਹ ਸੰਮਣ ਜਾਰੀ ਕੀਤੇ ਜਾਂਦੇ ਆ ਤਾਂ ਜੋ ਉਹ ਅਦਾਲਤ ਦੇ ਵਿੱਚ 23 ਮਾਰਚ ਨੂੰ ਪੇਸ਼ ਹੋ ਕੇ ਆਪਣਾ ਜਿਹੜਾ ਉਹ ਪੱਖ ਰੱਖ ਸਕਣ ਨਾਲ ਹੀ ਨਾਲ ਸੁਮੇਤ ਸਿੰਘ ਸੈਣੀ ਹੋਰਾਂ ਨੂੰ ਵੀ ਜਿਹੜਿਆ ਉਹ ਸੰਮਣ ਜਾਂਦੇ ਆ ਕਿ ਤੁਸੀਂ 23 ਮਾਰਚ ਨੂੰ ਆਓ ਅਤੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਸ ਮਾਮਲੇ ਦੇ ਵਿੱਚ ਆ ਕੇ ਜਿਹੜਾ ਆਪਣਾ ਪੱਖ ਪੇਸ਼ ਕਰੋ ਤਾਂ ਉਸ ਦਿਨ ਤੋਂ ਬਚਣ ਦੇ ਲਈ ਉਸ ਦਿਨ ਹੋ ਸਕਦਾ ਹੈ ਕਿ ਇਹਨਾਂ ਨੂੰ ਖਰਚਾ ਹੋਵੇ ਕਿ ਕਿਸੇ ਤਰੀਕੇ ਦੇ ਨਾਲ ਅਦਾਲਤ ਉਹਨਾਂ ਦੀ ਜਿਹੜੀ ਆ ਉਹ ਗ੍ਰਿਫਤਾਰੀ ਜਿਹੜੀ ਉਹ ਕਰਵਾ ਸਕਦੀ ਹੈ ਤਾਂ ਉਹ ਗ੍ਰਿਫਤਾਰੀ ਤੋਂ ਬਚਣ ਦੇ ਲਈ ਅੱਜ ਬਾਦਲਾਂ ਨੂੰ ਜਿਹੜੀਆਂ ਉਹ ਭਾਜਰਾ ਪੈ ਗਈਆਂ ਅਤੇ ਬਾਦਲਾਂ ਦੇ ਵੱਲੋਂ ਜਿਹੜੀ ਹੈ ਉਹ ਗ੍ਰਿਫਤਾਰੀ ਤੋਂ ਬਚਣ ਦੇ ਲਈ ਅਗਾਊਂ ਜ਼ਮਾਨਤ ਜਿਹੜੀ ਆ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਿਹੜੀ ਅਰਜੀ ਹੈ ਉਹ ਲਗਾਈ ਗਈ ਹੈ ਅਤੇ ਹੁਣ ਉਸ ਦੀ ਸੁਣਵਾਈ ਜਿਹੜੀ ਹੈ ਉਹ 14 ਮਾਰਚ ਨੂੰ ਹੋਵੇਗੀ ਦੱਸ ਦਿੰਦੇ ਆ ਕਿ ਐਸਆਈਟੀ ਜਿਹੜੀ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਹੈ ਐਲਕੇ ਯਾਦਵ ਦੀ ਜਿਹੜੀ ਉਹ ਐਸਆਈਟੀ ਹੈ ਉਸ ਐਸਆਈਟੀ ਦੇ ਵੱਲੋਂ ਕੁਝ ਦਿਨ ਪਹਿਲਾਂ ਕੋਰਟ ਦੇ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਉਸ ਸਮੇਂ ਦੇ ਡਿਪਟੀ ਸੀਐਮ ਅਤੇ ਗ੍ਰਹਿ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਸਮੇਂ ਦੇ ਮੁੱਖ ਮੰਤਰੀ ਸੀ ਸੁਮੇਤ ਸਿੰਘ ਸੈਣੀ ਜਿਹੜੇ ਕਿ ਡੀਜੀਪੀ ਸੀ ਉਸ ਸਮੇਂ ਦੇ ਇਹ ਵੀ ਦੱਸਿਆ ਜਾ ਰਿਹਾ ਕਿ ਚਰਨਜੀਤ ਸ਼ਰਮਾ ਜਿਹੜੇ ਆ ਉਸ ਸਮੇਂ ਦੇ ਮੋਗੇ ਦੇ ਐਸਐਸਪੀ ਸੁਖਮੰਦਰ ਮਾਨ ਉਸ ਸਮੇਂ ਦੇ ਫਰੀਦਕੋਟ ਦੇ ਐਸਐਸਪੀ ਆਈਜੀ ਉਮਰਾ ਨੰਗਲ ਜਿਹੜੇ ਉਸ ਸਮੇਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀ ਅਤੇ ਇੱਕ ਡੀਆਈਜੀ ਅਮਰ ਸਿੰਘ ਚਾਲ ਉਸ ਸਮੇਂ ਦੇ ਜਿਹੜੇ ਆ ਉਹ ਉਹਨਾਂ ਨੂੰ ਦੋਸ਼ੀ ਜਿਹੜਾ ਉਹ ਬਣਾਇਆ ਗਿਆ ਇਹ ਵੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਅਤੇ ਸਾਰਿਆਂ ਨੂੰ ਜਿਹੜਾ ਸੰਮਣ ਅਦਾਲਤ ਦੇ ਵੱਲੋਂ ਪੇਸ਼ ਕੀਤਾ ਗਿਆ ਭੇਜਿਆ ਗਿਆ ਸੀਗਾ ਅਦਾਲਤ ਦੇ ਵੱਲੋਂ ਇਹਨਾਂ ਸਾਰਿਆਂ ਨੂੰ ਕਿ 23 ਮਾਰਚ ਨੂੰ ਪੇਸ਼ ਹੋਣ ਤੋਂ ਬਾਅਦ ਜਿਹੜਾ ਆਪਣਾ ਪੱਖ ਜਿਹੜਾ ਇਹਨਾਂ ਸਾਰਿਆਂ ਦੇ ਵੱਲੋਂ ਰੱਖਿਆ ਜਾਵੇ ਫਰੀਦਕੋਟ ਦੇ ਅਦਾਲਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਸੁਮੇਤ ਸਿੰਘ ਸੈਣੀ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਆ ਉਹ ਸੰਮਣ ਭੇਜੇ ਗਏ ਸੀਗੇ ਕਿ 23 ਮਾਰਚ ਨੂੰ ਤੁਸੀਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਆ ਕੇ ਆਪਣਾ ਜਿਹੜਾ ਉਹ ਪੱਖ ਰੱਖਣਾ ਤਪਖ ਰੱਖਣਾ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਲੱਗ ਰਿਹਾ ਸੀਗਾ ਸੁਖਵੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਰਹੋੜਾ ਨੂੰ ਕਿ ਕੋਈ ਕਿਸੇ ਕਿਸਮ ਦੀ ਕੋਈ ਵੱਡੇ ਹੈ ਜਿਹੜਾ ਐਕਸ਼ਨ ਲਿਆ ਜਾ ਸਕਦਾ ਅਦਾਲਤ ਦੇ ਵੱਲੋਂ ਸਰਕਾਰ ਦੇ ਵੱਲੋਂ ਕਿਤੇ ਨਾ ਕਿਤੇ ਹੋ ਸਕਦਾ ਹੈ ਉਹਨਾਂ ਨੂੰ ਖਦਸ਼ਾ ਹੋਵੇ ਕਿ ਉਹਨਾਂ ਦੀ ਜਿਹੜੀ ਆ ਉਹ ਗ੍ਰਿਫਤਾਰੀ ਨਾ ਹੋ ਜਾਵੇ ਤਾਂ ਉਸ ਚੀਜ਼ ਤੋਂ ਬਚਣ ਦੇ ਲਈ ਬਾਦਲਾਂ ਦੇ ਵੱਲੋਂ ਇਹ ਜਿਹੜੀ ਅਗਾਊਂ ਜ਼ਮਾਨਤ ਅਰਜੀ ਹੈ ਉਹ ਫਰੀਦਕੋਟ ਦੀ ਅਦਾਲਤ ਦੇ ਵਿੱਚ ਲਗਾਈ ਗਈ ਹੈ ਅਤੇ ਇਸ ਦੀ ਸੁਣਵਾਈ ਜਿਹੜੀ ਹੈ ਹੁਣ ਉਹ 14 ਮਾਰਚ ਨੂੰ ਹੋਣੀ ਹੈ ਦੱਸ ਦਿੰਦੇ ਆ ਕਿ ਕੱਲ ਵੀ ਵਿਧਾਨ ਸਭਾ ਦੇ ਅੰਦਰ ਇਸ ਪੂਰੇ ਮਾਮਲੇ ਨੂੰ ਲੈ ਕੇ ਸਰਕਾਰ ਨੇ ਆਪਣੀ ਪਿੱਠ ਥਪਤ ਪਾਈ ਹੈ ਸਰਕਾਰ ਨੇ ਕਿਹਾ ਕਿ ਪਿਛਲੇ 7 ਸਾਲਾਂ ਤੋਂ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਨਹੀਂ ਸੀ ਮਿਲ ਰਿਹਾ ਅਤੇ ਹੁਣ ਸਾਡੀ ਸਰਕਾਰ ਦੇ ਵੱਲੋਂ ਜਿਹੜਾ ਉਹ ਇਨਸਾਫ ਦਿਵਾਇਆ ਗਿਆ ਅਤੇ ਅਸਲੀ ਦੋਸ਼ੀ ਜਿਹੜੇ ਗੋਲੀ ਕਾਂਢ ਦੇ ਉਹ ਇਸ ਜਿਹੜੇ ਮਾਮਲੇ ਦੇ ਵਿੱਚ ਫਸ ਗਏ ਨੇ ਸਾਫ ਤੌਰ ਤੇ ਇਸ਼ਾਰਾ ਸਰਕਾਰ ਦਾ ਜਿਹੜਾ ਸੁਖਬੀਰ ਸਿੰਘ ਬਾਦਲ ਸੁਮੇਤ ਸਿੰਘ ਸੈਣੀ ਅਤੇ ਪ੍ਰਕਾਸ਼ ਸਿੰਘ ਬਾਦਲ ਵਾਲੇ ਪਾਸੇ ਸੀਗਾ ਬੇਸ਼ੱਕ ਸਰਕਾਰ ਜਿਹੜੀ ਹੈ ਇਸ ਪੂਰੇ ਮਾਮਲੇ ਤੇ ਆਪਣੀ ਜਿਹੜੀ ਹੈ ਉਹ ਪਿੱਠ ਥਫਤਪਾ ਰਹੀ ਹੋਵੇ ਪਰ ਦੂਜੇ ਪਾਸੇ ਇਸ ਪੂਰੇ ਮਾਮਲੇ ਤੇ ਬੇਹੱਦ ਭਾਵੁਕਤਾ ਦੇ ਨਾਲ ਜੁੜੇ ਜਿਹੜੇ ਜਿਹੜੇ ਆਈਜੀ ਦੀ ਕੁਰਸੀ ਛੱਡ ਕੇ ਆਏ ਕੁਮਰ ਵਿਜੇ ਪ੍ਰਤਾਪ ਜਿਹੜੇ ਆ ਉਹ ਇਹ ਮੰਨਦੇ ਨੇ ਕਿ ਇਹ ਜਿਹੜੀ ਚਾਰਜ ਸ਼ੀਟ ਹੈ ਇਹ ਇੱਕ ਆਈਵਾਸ਼ ਹੈ ਇਹ ਇਸ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ ਕਿ ਜਿਹੜੇ ਦੋਸ਼ੀ ਬਣਾਏ ਗਏ ਨੇ ਉਹਨਾਂ ਨੂੰ ਫਾਇਦਾ ਮਿਲੇ ਅਤੇ ਕੁਝ ਹੀ ਤਰੀਕਿਆਂ ਦੇ ਵਿੱਚ ਇਹ ਚਲਾਨ ਜਿਹੜਾ ਕੋਰਟ ਦੇ ਵਿੱਚ ਉੱਡ ਜਾਵੇ ਅਤੇ ਦੋਸ਼ੀ ਜਿਹੜੇ ਆ ਉਹ ਬਰੀ ਹੋ ਜਾਣ ਅਜਿਹੇ ਖਦਚੇ ਜਿਹੜੇ ਕੁਮਰ ਵਿਜੇ ਪ੍ਰਤਾਪ ਆਮ ਆਦੀ ਪਾਰਟੀ ਦੇ ਐਮਐਲਏ ਨੇ ਇਸ ਪੂਰੇ ਮਾਮਲੇ ਤੇ ਭਾਵੁਕਤਾ ਦੇ ਨਾਲ ਜੁੜੇ ਹੋਏ ਨੇ ਇਸ ਮਾਮਲੇ ਨੂੰ ਲੈ ਕੇ ਇਹੀ ਚਾਰਜ ਸ਼ੀਟ ਕੋਟਕਪੂਰਾ ਗੋਲੀकांड ਦੀ ਚਾਰਜ ਸ਼ੀਟ ਜਿਹੜੀ ਜਾਂਚ ਕੀਤੀ ਜਾ ਰਹੀ ਸੀ ਕਾਂਗਰਸ ਦੀ ਸਰਕਾਰ ਦੇ ਮੌਕੇ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਤਾਂ ਉਸ ਸਮੇਂ ਇਸੇ ਹੀ ਕੇਸ ਦੀ ਚਾਰਜ ਸ਼ੀਟ ਜਿਹੜੀ ਕਿ ਕੁਮਰ ਵਿਜੇ ਪ੍ਰਤਾਪ ਨੇ ਬਣਾਈ ਸੀਗੀ ਤਾਂ ਉਹ ਖਾਰਜ ਕਰ ਦਿੱਤੀ ਗਈ ਸੀਗੀ ਕੋਰਟ ਦੇ ਵੱਲੋਂ ਤਾਂ ਉਸ ਤੋਂ ਬਾਅਦ ਖਾਰਜ ਕੀਤੇ ਜਾਣ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਨੇ ਆਪਣੀ ਆਈਜੀ ਦੀ ਕੁਰਸੀ ਤੋਂ ਜਿਹੜਾ ਉਹ ਅਸਤੀਫਾ ਦੇ ਦਿੱਤਾ ਸੀ ਤਾਂ ਅਸਤੀਫਾ ਦੇਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਐਮਐਲਏ ਵੀ ਬਣੇ ਅਤੇ ਲਗਾਤਾਰ ਉਹ ਇਸ ਮੁੱਦੇ ਤੇ ਭਾਵਕਤਾ ਦੇ ਨਾਲ ਜੁੜੇ ਹੋਏ ਆ ਤੇ ਵਿਧਾਨ ਸਭਾ ਦੇ ਵਿੱਚ ਖੜਕੇ ਉਹਨਾਂ ਨੇ ਕੱਲ ਪਰਸੋਂ ਵੀ ਜਿਹੜੀ ਇਹ ਗੱਲ ਕਹੀ ਹੈ ਕਿ ਮੈਨੂੰ ਸੰਤੁਸ਼ਟੀ ਮਿਲੀ ਹੈ ਕਿ ਮੈਂ ਜਿਹੜਾ ਉਸ ਸਮੇਂ ਅਸਤੀਫਾ ਦਿੱਤਾ ਸੀ ਮੈਂ ਬਿਲਕੁਲ ਸਹੀ ਪਾਇਆ ਗਿਆ ਕਿਉਂਕਿ ਦੋਸ਼ੀ ਜਿਹੜੇ ਆ ਫੜੇ ਗਏ ਆ ਪਰ ਚਲਾਨ ਜਿਹੜਾ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਤਿਆਰ ਕੀਤਾ ਗਿਆ ਕਿ ਦੋਸ਼ੀਆਂ ਨੂੰ ਇਸ ਪੂਰੇ ਮਾਮਲੇ ਦੇ ਵਿੱਚੋਂ ਫਾਇਦਾ ਮਿਲੇਗਾ ਤੇ ਜਲਦ ਜਿਹੜੀ ਆ ਇਹਨਾਂ ਨੂੰ ਜ਼ਮਾਨਤ ਉਹ ਮਿਲ ਜਾਵੇਗੀ ਅਜਿਹਾ ਖਦਸ਼ਾ ਕੁਮਰ ਵਿਜੇ ਪ੍ਰਤਾਪ ਜਿਹੜੇ ਜਿਤਾਉਂਦੇ ਨਜ਼ਰ ਆਏ ਪਰ ਦੂਜੇ ਪਾਸੇ ਸਰਕਾਰ ਜਿਹੜੀ ਹੈ ਉਹ ਆਪਣੀ ਪਿੱਠ ਤਪਤਪਾਉਂਦੀ ਹੋਈ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਨਜ਼ਰ ਆਈ ਤਾਂ ਅੱਜ ਬਾਦਲਾਂ ਦੇ ਵੱਲੋਂ ਇਹ ਹੋ ਸਕਦਾ ਹੈ ਕਿ ਸੋਚਿਆ ਗਿਆ ਹੋਵੇ ਕਿ ਪ੍ਰੈਸ਼ਰ ਦੇ ਵਿੱਚ ਆ ਕੇ ਸਰਕਾਰ ਜਿਹੜੀ ਹੈ ਕੋਈ ਐਕਸ਼ਨ ਨਾ ਲੈ ਲਵੇ ਜਾਂ ਫਿਰ ਜਿਹੜੀ ਕੋਰਟ ਹੈ ਉਹ ਨਾ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਕਰਵਾ ਦੇਵੇ 23 ਮਾਰਚ ਨੂੰ ਜਿਹੜੇ ਸਬੰਨ ਹੋਏ ਆ ਪੇਸ਼ ਹੋਣ ਦੇ ਲਈ 23 ਮਾਰਚ ਨੂੰ ਪੇਸ਼ ਹੋਣ ਦੇ ਲਈ ਜਿਹੜੇ ਸਬੰਨ ਹੋਏ ਆ ਤਾਂ ਉਹ ਦਿਨ ਕੋਈ ਜਿਹੜੀ ਗ੍ਰਫਤਾਰੀ ਜਾਂ ਕਿਸੇ ਕਿਸਮ ਦਾ ਕੋਈ ਜਿਹੜਾ ਹੈਗਾ ਕੋਈ ਵੱਡਾ ਕਾਹਨ ਨਾ ਜਿਹੜਾ ਵਾਪਰ ਜਾਵੇ ਉਹਨਾਂ ਦੇ ਨਾਲ ਕੋਈ ਕਿਉਂਕਿ ਖਦਸ਼ਾ ਜਿਹੜਾ ਉਹਨਾਂ ਸਾਰਿਆਂ ਨੂੰ ਹੀ ਸੀਗਾ ਤਾਂ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਰ ਹੋਰਾਂ ਦੇ ਵੱਲੋਂ ਜਿਹੜੀ ਹੈ ਉਹ ਅਗਾਊਂ ਜ਼ਮਾਨਤ ਅਰਜੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਗ੍ਰਫਤਾਰੀ ਤੋਂ ਬਚਣ ਦੇ ਲਈ ਪਾਈ ਗਈ ਹੈ ਅਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ 14 ਮਾਰਚ ਨੂੰ ਅਦਾਲਤ ਜਿਹੜੀ ਹੈ ਇਸ ਪੂਰੇ ਮਾਮਲੇ ਤੇ ਇਹਨਾਂ ਦਾ ਪੱਖ ਜਾਣਨ ਤੋਂ ਬਾਅਦ ਕੀ ਜਿਹੜਾ ਫੈਸਲਾ ਲੈਂਦੀ ਹੈ ਕਿ ਇਹਨਾਂ ਨੂੰ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਹੀ ਜਿਹੜੀ ਹੈ ਉਹ ਜ਼ਮਾਨਤ ਮਿਲ ਜਾਊਗੀ ਜਾਂ ਫਿਰ ਇੱਥੇ ਖਾਰਜ ਹੋਣ ਤੋਂ ਬਾਅਦ ਹਾਈ ਕੋਰਟ ਦਾ ਜਿਹੜਾ ਰੁਕ ਕਰਨਾ ਪਊਗਾ ਇਹ ਜਿਹੜੀ ਦੇਖਣ ਵਾਲੀ ਗੱਲ ਹੋਊਗੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਹੋਰ ਵੱਡੀਆਂ ਖਬਰਾਂ ਦੇ ਲਈ ਜੁੜੇ ਰਹੋ ਰਜਾਨਾ ਲੋਕਨਾਟਿਵੀ ਦੇ ਨਾਲ